वाहेगुरु जी, मेरा नाम है रमनदीप सिंह। तुसी देख रहे हो खेती खबर फेसबुक पेज ते ट्रैक्टर मेला यूट्यूब चैनल। सारे वीरां दा स्वागत करते हैं। बहुत ही वधिया टॉप दी जमीन लैके हाजिर हो चुके हैं। यह जमीन जिहदे बारे आपां गलबात कर रहे हैं, 10 किले जमीन लैके आए हैं जी। सारी जानकारी वीडियो विच दित्ती हुई है। वीडियो दे लास्ट तक तुहानू रेट नंबर कित्थे करके जमीन पै जांदी है, सारियां जिहड़ियां सुविधावां विच हैगियां ने सारियां दी जानकारी दे दित्ती जाऊगी। उस तो पहला जेकर तुसी भी कोई अपनी जमीन प्लाट कोठी मकान किसी भी तरह मशीनरी की एड साडे चैनल ते पेजां दे उत्ते करवाउणा चाहुंदे हो तां साडा तुसी वट्सएप नंबर नोट कर सकते हो, थले स्क्रीन के उपर चला दिता गया जी 9877984446। ये नंबर के उत्ते तुसी 5 तों 6 फोटोआं जी 5 तों 6 मिनटां की ही वीडियो बना के सानू भेजनी है फोन नूं टेढ़ा करके। उदू बाद तुहाडी एड साडे प्लेटफॉर्म के उत्ते ला दिती जाऊगी, तुहानूं सहूलत मिल जूगी घर बैठे ही एड दे थ्रू अपना कोई भी संद जां घर मकान जमीन सेल करन दे विच जी। अपनी एड पंजाब हरियाणा हिमाचल जिथे भी किसान किसानी करन वाले भीर बैठे ने, होर भी वीर बैठे ने, हैना, ते उन्हां तक पहुंच जांदी है, तुहानूं बहुत ज्यादा सहूलत मिलती है। ते हुण करदे हां वीडियो स्टार्ट। वीडियो स्टार्ट करन तों पहलां जेकर तुसीं भी कोई अपने एरिए की खास जमीन की भाल विच लगे हुए हो तां सानूं कमेंटां विच जरूर दस सकदे हो भी तुहानूं किन्नी क जमीन चाहीदी है, किहड़े एरिए की चाहीदी। असीं कोशिश करांगे तुहाडे कमेंट पढ़ के ਤੁਹਾਡੇ ਤੱਕ ਉਹ ਜ਼ਮੀਨ ਪਹੁੰਚਦੀ ਕਰ ਦਈਏ ਜੀ। ਚਲੋ ਜੀ ਹੁਣ ਵੱਧਦੇ ਹਾਂ। ਜ਼ਮੀਨ ਦੇ ਉੱਤੇ 10 ਕਿੱਲੇ ਜ਼ਮੀਨ ਲੈ ਕੇ ਆਏ ਹਾਂ ਜੀ। ਪਹਿਲਾਂ ਵੀ ਦੱਸਿਆ ਸੀ ਪੂਰੀ ਟੌਪ ਦੀ ਜ਼ਮੀਨ ਹੈ ਜੀ, ਹਰ ਤਰ੍ਹਾਂ ਦੀ ਫਸਲ ਇਹਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲ ਜੂਗੀ। ਮੌਕੇ ਤੇ ਝੋਨਾ ਲੱਗਿਆ ਹੋਇਆ ਪੂਰਾ, ਜਮਾਂ 5-5, 6-6 ਫੁੱਟ ਦਾ ਝੋਨਾ ਜੀ। ਬਨਸਪਤੀ ਮੁੱਛਲ ਕੋਈ ਮਰਜ਼ੀ ਝੋਨਾ ਲਾ ਲਿਓ, ਪਾਣੀ 1 ਨੰਬਰ ਦੇਖਣ ਨੂੰ ਮਿਲੂਗਾ ਜੀ। ਪਾਣੀ ਦੀ ਆਪਾਂ ਸਾਧਨ ਗੱਲ ਕਰਦੇ ਤਾਂ 10 ਕਿੱਲਿਆਂ ਦੇ ਵਿੱਚ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਜੀ। 15 ਦੀ ਮੋਟਰ ਹੈ ਜੀ, 25 ਦਾ ਟਰਾਂਸਫਾਰਮਰ, ਯਾਨੀ ਕਿ 15 HP ਦੀ ਮੋਟਰ ਹੈ ਜੀ ਤੇ ਟਰਾਂਸਫਾਰਮ ਆਪਦਾ ਕੱਲਿਆਂ ਦਾ, ਇਹਨਾਂ ਦਾ 25 ਦਾ ਟਰਾਂਸਫਾਰਮ ਟਿਕਿਆ ਹੋਇਆ ਜੀ। ਮੋਟਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿੱਸੇਦਾਰੀ ਹੈ ਨਹੀਂ, ਕਿਸੇ ਨੂੰ ਕੋਈ ਵਾਰੀ ਨਹੀਂ ਦੇਣੀ, ਬਿਲਕੁਲ ਕੱਲਿਆਂ ਦੀ ਮੋਟਰ ਹੈ। 10 ਕਿੱਲੇ ਪੂਰੇ ਟੌਰ ਨਾਲ ਮੋਟਰ ਪਕਾ ਦਿੰਦੀ ਹੈ ਜੀ। ਇਹ ਜਿਹੜਾ ਬਾਹਣ ਹੈ ਰੋਡ ਤੋਂ 2 ਕਿੱਲੇ ਪਿੱਛੇ ਹਟਣਾ ਹੈ ਜੀ, ਪਹੀ ਦਾ ਫਰੰਟ ਹੈ ਜੀ। ਰੋਡ ਤੋਂ ਯਾਨੀ ਕਿ ਮੇਨ ਰੋਡ ਤੋਂ 2 ਕਿੱਲੇ ਪਿੱਛੇ ਹਟ ਜਾਂਦਾ ਹੈ ਜੀ, ਯਾਨੀ ਕਿ ਮਾਰ ਵਗੈਰਾ ਤੋਂ ਵੀ ਬਾਹਰ ਹੋ ਜਾਂਦਾ ਹੈ, ਤੇ ਪਹੀ ਦੇ ਉੱਪਰ ਲੱਗ ਜਾਂਦਾ ਹੈ, ਯਾਨੀ ਕਿ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ ਪਹੀ ਦਾ ਵੀ, ਬਿਲਕੁਲ ਵਧੀਆ ਤੁਹਾਨੂੰ ਸਪਸ਼ਟ ਜਿਹੜਾ ਫਰੰਟ ਦੇਖਣ ਨੂੰ ਮਿਲ ਜੂਗਾ ਜੀ। ਤੇ ਹੋਰ ਬਾਕੀ ਸਾਰੀ ਜ਼ਮੀਨ ਓਕੇ ਹੈ ਜੀ, ਤੇ ਤੁਹਾਨੂੰ ਤਕਸੀਮ ਵਗੈਰਾ ਤੁਸੀਂ ਸਾਰਾ ਕੁਛ ਹੈ ਨਾ, ਤੁਹਾਨੂੰ ਨੰਬਰ ਦੇਵਾਂਗੇ ਜੀ, ਇਹਨਾਂ ਨਾਲ ਕਾਲ ਕਰ ਸਕਦੇ ਹੋ, ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਾ ਕੇ ਦੇਖਿਓ ਬਾਣ, ਫਿਰ ਤੁਸੀਂ ਗੱਲਬਾਤ ਕਰਨੀ ਹੈ ਕਿ ਟੌਪ ਦਾ ਬਾਣ ਹੈ ਯਾਰ, ਹਨਾ, ਪੂਰੀ ਘੈਂਟ ਗੱਲਬਾਤ, ਮਾਹੌਲ ਘੈਂਟ, ਆਸਾ ਪਾਸਾ ਸਾਰੀ ਗੱਲਬਾਤ ਘੈਂਟ ਹੋਈ ਹੈ ਜੀ। ਤੇ ਹੁਣ ਆਪਾਂ ਕਰ ਲੈਂਦੇ ਜੀ ਲੋਕੇਸ਼ਨ ਦੀ ਗੱਲ। ਲੋਕੇਸ਼ਨ ਹੈਗਾ ਜੀ ਦਿੜਬੀ ਖਾਨਾ, ਤਹਿਸੀਲ ਹੈਗੀ ਹੈ ਜੈਤੋ, ਜ਼ਿਲ੍ਹਾ ਹੈਗਾ ਫਰੀਦਕੋਟ, ਪੰਜਾਬ ਦੇ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਜੀ, ਠੀਕ ਹੈ ਜੀ। ਹੁਣ ਰੇਟ ਦੀ ਗੱਲ ਕਰੀਏ, ਰੇਟ ਮੰਗਿਆ ਗਿਆ ਜੀ ਮੌਕੇ ਦਾ, ਅੱਜ ਤੁਸੀਂ ਤਰੀਕ ਨੋਟ ਕਰ ਲਓ ਜੀ, 10ਵੇਂ ਮਹੀਨੇ ਦੀ 11 ਤਰੀਕ 2024 ਹੈ ਜੀ। ਅੱਜ ਦਾ ਰੇਟ ਹੈ ਜਿਹੜਾ 46 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਡਿਮਾਂਡ ਕੀਤੀ ਗਈ ਹੈ। ਇਹ ਰੇਟ ਅੱਜ ਤੋਂ ਲੈ ਕੇ 1 ਮਹੀਨੇ ਤੱਕ ਹੈ ਜੀ, 1 ਮਹੀਨੇ ਬਾਅਦ ਮਾਰਕੀਟ ਦੇ ਹਿਸਾਬ ਨਾਲ ਰੇਟ ਵੱਧ ਵੀ ਸਕਦਾ ਹੈ, ਰੇਟ ਘੱਟ ਵੀ ਸਕਦਾ, ਠੀਕ ਹੈ ਜੀ। ਕਈ ਵੀਰ ਸਾਨੂੰ ਕਮੈਂਟ ਕਰ ਦਿੰਦੇ ਯਾਰ ਵੀ ਤੁਸੀਂ 46 ਪਾਇਆ ਸੀਗਾ, ਹੁਣ ਉਹ ਬੰਦਾ 50 ਮੰਗੀ ਜਾਂਦਾ ਜਾਂ ਘੱਟ ਮੰਗੀ ਜਾਂਦਾ, ਘੱਟ ਤੇ ਕੋਈ ਨਹੀਂ ਕਰਦਾ, ਵੱਧ ਤੇ ਕਰ ਦਿੰਦੇ ਆ। ਤੇ ਇਸ ਚੀਜ਼ ਲਈ ਅਸੀਂ ਹੁਣ ਇਹ ਮਤਲਬ ਕਿ ਵਿੱਚ ਮੈਂਸ਼ਨ ਕਰ ਦਿੰਦੇ ਹਾਂ। ਬਾਕੀ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਚਲਾਤਾ ਜੀ, ਮੈਂ ਬੋਲ ਕੇ ਵੀ ਦੱਸ ਦਿੰਦਾ, 9773-56370 ਇਹ ਮਾਲਕਾਂ ਦਾ ਨੰਬਰ ਹੈ, ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸੌਦਾ ਕਰਨਾ। ਆਨਲਾਈਨ ਕਿਸੇ ਨੂੰ ਕੋਈ ਟ੍ਰਾਂਜੈਕਸ਼ਨ ਨਹੀਂ ਕਰਨੀ ਜੀ, ਜਾ ਕੇ ਵਿਜ਼ਿਟ ਕਰਿਓ, ਕੋਈ ਵੀ ਸਾਈ ਵਧਾਈ ਕਰਨੀ ਆਪਦੀ ਕਚਹਿਰੀਆਂ ਥਰੂ, ਹਨਾ, ਪੱਕੇ ਕੰਮ ਪੈਰਾਂ ਦੇ ਉੱਤੇ ਹੋ ਕੇ ਕਰਨੀ ਹੈ। ਤੇ ਬਾਕੀ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ, ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਦਿਓ। ਇੰਸਟਾਗ੍ਰਾਮ ਉੱਤੇ ਵੀ ਆਪਣਾ ਪੇਜ ਹੈਗਾ ਜੀ, ਉੱਥੇ ਵੀ ਤੁਸੀਂ ਜਾ ਕੇ ਸਾਨੂੰ ਫੋਲੋ ਕਰ ਲਿਓ। ਹੋਰ ਵੀ ਅਪਡੇਟਾਂ ਦੀ ਅਸੀਂ ਉੱਥੇ ਛੋਟੀਆਂ ਛੋਟੀਆਂ ਰੀਲਾਂ ਪਾ ਕੇ, ਪੋਸਟਾਂ ਪਾ ਕੇ ਵੀ ਉੱਥੇ ਅਪਡੇਟ ਦਿੰਦੇ ਰਹਿੰਦੇ ਹਾਂ, ਠੀਕ ਹੈ ਜੀ। ਤੇ ਬਾਕੀ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜੇ ਏਰੀਏ ਦੀ ਜ਼ਮੀਨ, ਕੋਠੀ, ਪਲਾਟ ਜੋ ਵੀ ਹੈ ਨਾ ਸੰਦ ਸੰਦੇੜਾ ਚਾਹੀਦਾ, ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ। ਵੀਡੀਓ ਨੂੰ ਸ਼ੇਅਰ ਜ਼ਰੂਰ ਲਾ ਦਿਆ ਕਰੋ, ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਘੈਂਟ ਨਿਊ ਇੰਟਰਸਟਿੰਗ ਵੀਡੀਓ ਨਾਲ। ਤਦ ਤੱਕ ਜੀ ਰੱਬ ਰੱਖਾ ਜੀ।